ਅਜੀਤ ਬਣ ਕੇ ਜਾਇਓ, ਜੁਝਾਰ ਬਣ ਕੇ ਜਾਇਓ, ਜੇ ਚੱਲੇ ਉਹ ਸਰਹੰਦ ਨੂੰ ਤਾਂ ਸਰਦਾਰ ਬਣ ਕੇ ਜਾਇਓ, ਜੇ ਚੱਲੇ ਉਹ ਸਰਹੰਦ ਨੂੰ ਤਾਂ ਸਰਦਾਰ ਬਣ ਕੇ ਜਾਇਓ। ਕੇਸਾਂ ਬਿਨ ਜਿਸ ਥਾਂ ਜਾਣਾ ਏ, ਉਸ ਥਾਂ ਤੇ ਮਿਲਣਾ ਲਾਲਾਂ ਨੇ, ਸੱਚਾ ਸਿੱਖ ਸਾਬਿਤ ਕਰਨਾ ਨੇ, ਇਹਨਾਂ ਸਿਰ ਤੇ ਬੰਨੇ ਰੁਮਾਲਾਂ ਨੇ। ਜੇ ਮਾਂ ਗੁਜਰੀ ਨੂੰ ਮਿਲਣਾ ਦਸਤਾਰ ਬਣ ਕੇ ਜਾਇਓ, ਜੇ ਮਾਂ ਗੁਜਰੀ ਨੂੰ ਮਿਲਣਾ ਦਸਤਾਰ ਬਣ ਕੇ ਜਾਇਓ, ਜੇ ਚੱਲੇ ਉਹ ਸਰਹੰਦ ਨੂੰ ਤਾਂ ਸਰਦਾਰ ਬਣ ਕੇ ਜਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੇ ਸਤਸੰਗੀ ਜਨੋ, ਇਤਿਹਾਸ ਦੇ ਉਹ ਪੰਨੇ ਜਿਹੜੇ ਹਰ ਸਾਲ ਪੋਹ ਦੇ ਮਹੀਨੇ ਵਿੱਚ ਸਾਡੇ ਅੰਦਰ ਨੂੰ ਅੱਤ ਦੇ ਬਿਰਹ ਔਰ ਬੈਰਾਗ ਵਿੱਚ ਲੈ ਜਾਂਦੇ ਨੇ, ਉਸ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਨੰਦਪੁਰ ਸਾਹਿਬ ਛੱਡਣਾ, ਪਰਿਵਾਰ ਵਿਛੋੜੇ ਹੋਣੇ, ਚਮਕੌਰ ਦੀ ਗੜੀ 'ਚ ਵੱਡੇ ਸਾਹਿਬਜ਼ਾਦੇ ਪਿਆਰੇ ਸਿੱਖ ਸ਼ਹੀਦ ਹੋਣੇ, ਸਰਹੰਦ ਦੀਆਂ ਨੀਹਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਖਤੇ ਜ਼ਿਗਰਾਂ ਦੀ ਸ਼ਹਾਦਤ ਹੋਣੀ, ਸਨਮਾਨਯੋਗ ਮਾਤਾ ਗੁਜਰੀ ਜੀ ਦੀ ਸ਼ਹਾਦਤ ਹੋਣੀ, ਸਿਰਫ 6 ਦਿਨਾਂ ਵਿੱਚ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੇ 5 ਜੀ ਸ਼ਹੀਦ ਹੋਣੇ, 3 ਪਿਆਰੇ ਸ਼ਹੀਦ ਹੋਣੇ। ਪਿਛਲੇ ਕਈ ਸਾਲਾਂ ਤੋਂ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਖਾਸ ਕਰਕੇ ਦਾਸਾਂ ਵੱਲੋਂ, ਸਮੂਹ ਸਿੰਘਾਂ ਵੱਲੋਂ ਇਹ ਉਪਰਾਲਾ ਕੀਤਾ ਜਾਂਦਾ ਹੈ ਕਿ ਸ਼ਹੀਦਾਂ ਨੂੰ ਸਮਰਪਿਤ ਪੰਦਰਵਾੜੇ ਵਿੱਚ ਉੱਥੇ ਪਹੁੰਚ ਕੇ ਸਿਵ ਤੋਂ ਸਲਾਹ ਕਰਕੇ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦਾ ਸ਼ੁਕਰ ਕਰ ਸਕੀਏ। ਆਪ ਸਮੂਹ ਸੰਗਤ ਨੂੰ ਬੇਨਤੀ ਹੈ, ਜਿਵੇਂ ਭਾਈ ਸਾਹਿਬ ਨੂੰ ਮਾਲਕ ਨੇ ਕੀਰਤਨ ਦੀ ਦਾਤ ਦਿੱਤੀ, ਇਤਿਹਾਸ ਨੂੰ ਗੀਤ ਦੇ ਰੂਪ ਵਿੱਚ, ਕਵਿਤਾ ਦੇ ਰੂਪ ਵਿੱਚ ਕਹਿਣਾ, ਇਹ ਵੀ ਮਾਲਕ ਦੀ ਕਿਰਪਾ ਹੈ। ਤੇ ਅਣਗਿਣਤ ਉਹ ਬੰਦੇ ਜਿਨ੍ਹਾਂ ਨੂੰ ਕੁਛ ਵੀ ਸਮਝ ਨਹੀਂ, ਉਹ ਵੀ ਜਦੋਂ ਇਹਨਾਂ ਦੇ ਗਾਏ ਹੋਏ ਇਹ ਕਵਿਤਾ ਨੂੰ, ਨਜ਼ਮ ਨੂੰ ਸੁਣਦੇ ਆ, ਉਹਨਾਂ ਦੀਆਂ ਅੱਖਾਂ ਪਾਣੀ ਨਾਲ ਭਰ ਜਾਂਦੀਆਂ। ਭਾਈ ਸਾਹਿਬ ਨੇ ਸੰਦੇਸ਼ ਦਿੱਤਾ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜ਼ਫਰਨਾਮੇ 'ਚ ਇੱਕ ਸ਼ਬਦ ਕਹਿੰਦੇ ਨੇ ਕਿ ਮੇਰੇ ਲਾਲ ਸ਼ਹੀਦ ਹੋ ਚੁੱਕੇ ਨੇ, ਪਰ ਔਰੰਗਜ਼ੇਬ ਇਸ ਭੁਲੇਖੇ ਨੂੰ ਮਨ ਵਿੱਚੋਂ ਕੱਢ ਦੇ, ਬਿੰਦੀ ਪੁੱਤਰ ਮੇਰੇ ਕੇਵਲ 4 ਸਨ, ਨਾਤੀ ਪੁੱਤਰ ਮੇਰੇ ਅਣਗਿਣਤ ਨੇ ਤੇ ਰਹਿੰਦੀ ਦੁਨੀਆ ਤੱਕ ਰਹਿਣਗੇ। ਆਓ, ਜੇ ਉਸ ਦਾਤੇ ਦੇ ਬਿੰਦੀ ਪੁੱਤਰਾਂ ਵਰਗੇ ਆਪਾਂ ਬਣਨਾ ਨਾਦੀ ਪੁੱਤਰਾਂ ਨੇ, ਤੇ ਨਾਦੀ ਪੁੱਤਰ ਉਹੀ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਵਰਗਾ ਜੀਵਨ ਬਣਾਉਂਦੇ। ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਹੈ, ਹਜ਼ੂਰ ਨੇ ਫਰਮਾਇਆ, ਚਾਹ ਸ਼ੁੱਧ ਕੇ ਚੂੰ ਬਚਗਾ ਕੁਛ ਤੈ ਚਾਹ, ਕਿ ਬਾਕੀ ਬੇਮਾਦਸਤ ਪੇਚੀ ਦੇ ਮਾਰ। ਆਓ, ਉਸ ਸਰਹੰਦ ਦੀਆਂ ਨੀਹਾਂ ਨੂੰ, ਚਮਕੌਰ ਦੀ ਗੜੀ ਨੂੰ, ਮਾਛੀਵਾੜੇ ਦੇ ਜੰਡ ਨੂੰ, ਜਿਸ ਥਾਂ ਤੇ ਕੁੰਮੇ ਮਾਸ਼ਕੀ ਕੋਲ ਮਹਾਰਾਜ ਜੀ ਦੇ ਮਾਤਾ ਜੀ ਰਹੇ, ਜੋਤੀ ਸਰੂਪ ਜਿੰਨੇ ਸਥਾਨ ਨੇ, ਉੱਥੇ ਨਤਮਸਤਕ ਹੋਈਏ। ਵੈਸੇ ਤਾਂ ਹਰ ਵੇਲੇ ਉੱਥੇ ਬਖਸ਼ਿਸ਼ ਵਰਦੀ ਏ, ਪਰ ਇਹਨਾਂ ਦਿਨਾਂ ਵਿੱਚ ਖਾਸ ਕਿਰਪਾ ਵਰਦੀ ਏ,
ਆਪਣੇ ਬੱਚਿਆਂ ਨੂੰ ਲੈ ਕੇ ਚੱਲੀਏ। ਜੋ ਭਾਈ ਸਾਹਿਬ ਨੇ ਕਿਹਾ ਕਿ ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ, ਮਾਤ ਗੁਜਰੀ ਤੁਹਾਡਾ ਰਾਹ ਦੇਖਦੇ ਨੇ, ਤੇ ਜਦੋਂ ਤੁਸੀਂ ਕੇਸ ਰੱਖ ਕੇ ਦਸਤਾਰ ਬੰਨ ਕੇ ਚੱਲੋਗੇ, ਉਸ ਵਕਤ ਸਾਹਿਬਜ਼ਾਦੇ ਕਹਿਣਗੇ ਕਿ ਸਾਡੇ ਪਿਤਾ ਜੀ ਨੇ ਕੇਸਗੜ੍ਹ ਆਨੰਦਪੁਰ ਸਾਹਿਬ ਅੰਮ੍ਰਿਤ ਦੀ ਦਾਤ ਦਿੱਤੀ, ਅੱਜ ਹਰ ਇੱਕ ਦਾ ਸਿੱਖ ਦਾ ਸੀਸ ਹੀ ਕੇਸਗੜ੍ਹ ਬਣ ਗਿਆ। ਆਨੰਦਪੁਰ ਤਾਂ ਵਸਦੇ ਆ ਜੇ ਕੇਸਗੜ੍ਹ ਕਾਇਮ ਹੋਵੇ ਤਾਂ। ਜਿਹਦਾ ਕੇਸਗੜ੍ਹ ਕੋਈ ਨਹੀਂ ਉਹਦਾ ਆਨੰਦਪੁਰ ਨਹੀਂ। ਬਸ ਇੱਕੋ ਬੇਨਤੀ ਕਰਾਂਗਾ ਭਾਈ ਸਾਹਿਬ, ਇਸ ਨਜ਼ਮ ਰਾਹੀਂ, ਇਸ ਕਵਿਤਾ ਰਾਹੀਂ ਦੋ ਗੱਲਾਂ ਕਹਿੰਦੇ ਪਏ ਆ ਕਿ ਸਰਦਾਰ ਬਣਿਓ, ਸਰਦਾਰ ਉਹ ਬਣਾ ਕੇ ਗਏ ਨੇ, ਸਿਰ ਤੇ ਦਸਤਾਰ ਸਜਾਇਓ। ਮੈਂ ਸਿਰਫ ਦੋ ਹੀ ਗੱਲਾਂ ਕਹਾਂਗਾ ਜੋ ਕਹਿਣਾ ਹੁੰਦਾ। ਆਪਣੇ ਬੱਚਿਆਂ ਨੂੰ ਲਿਆਇਓ, ਊੜਾ ਤੇ ਜੂੜਾ ਦੋਨਾਂ ਉਹ ਚੀਜ਼ਾਂ ਉਹਨਾਂ ਦੇ ਕੋਲ ਹੋਣ। ਜੇ ਬੱਚੇ ਕੋਲ ਊੜਾ ਹੋਵੇਗਾ ਤੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੇਗਾ, ਜੇ ਬੱਚੇ ਕੋਲ ਜੂੜਾ ਹੋਵੇਗਾ ਤੇ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਵਰਗਾ ਲੱਗੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।